समंदर स्वामी जी हाँ चरण कमल बगचारा मेरा सुंदर स्वामी जी हाँ चरण कमल बगचारा मेरा सुंदर स्वामी जी हाँ चरण कमल बगचारा हाँ विषम पै सारी बका
ਸਦਾ ਪ੍ਰਭੁ ਦਿਸੈ ਗਗਨਾ ਨਾਨਕ ਦਾਸਨ ਦਾਸ ਦਇਆ ਗਏ ਬਿਨਵੰਤਾ ਤੇਰਾ ਨਾਮ ਸਤ ਹੈ ਸ੍ਰੀ ਵਾਹਿਗੁਰੂ ਪੌੜੀ ਵੱਡੀ ਹੋਂਡਾ ਪਾਰ ਤੇਰਾ ਮਤਬਾ ਰੰਗ ਪ੍ਰੰਗ ਅਨੇਕ ਨਾ ਜਪਨ ਕਰਤਬਾ ਜੀਆਂ ਇੰਦਰ ਜੀਓ ਸਭ ਕੁਛ ਜਾਣ ਲਾ ਸਭ ਕੁਛ ਤੇਰਾ ਵਸ ਤੇਰਾ ਪਰਪਲਾ ਤੇਰਾ ਕਰ ਅਨੰਦ ਵਧਾਈ ਤੁਧ ਕਰ ਮਾਣ ਮਹਤਾ ਤੇ ਆਪਣਾ ਆਪ ਜਰ ਸਰਬ ਕਲਾ ਭਰਪੂਰ ਸਹਿਜ ਕਥਾ ਨਾਨਕ ਦਾਸ ਦਾਸ ਸਰਬ ਕਲਾ ਭਰਪੂਰ ਦਿਸੈ ਗਤਕਤਾ ਨਾਨਕ ਦਾਸਨ ਦਾਸ ਤੁਧਿਆ ਗੈ ਬਿਨਵਤਾ ਗਰੀਬ ਨਿਵਾਸ ਪਿਤਾ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਕਿਰਪਾ ਕਰਨ ਪੜ੍ਹੀ ਸੁਣੀ ਗਾਈ ਹੋਈ ਗੁਰਬਾਣੀ ਦਾ ਭਾਵ ਸਮੂਹ ਸੰਗਤ ਦੇ ਦਾਸਾਂ ਦੇ ਹਿਰਦੇ ਦੇ ਵਿੱਚ ਵਸੇ ਗੁਰਬਾਣੀ ਦੇ ਅਨੁਸਾਰ ਆਪਣੇ ਜੀਵਨ ਨੂੰ ਢਾਲ ਸਕੀਏ ਸ਼ਬਦ ਗੁਰੂ ਦੇ ਲੜ ਲੱਗ ਕੇ ਸਤਿਗੁਰਾਂ ਦੇ ਦਰਸਾ ਕੇ ਮਾਰਗ 'ਤੇ ਚੱਲਦਿਆਂ ਹੋਇਆਂ ਆਪਣੇ ਜੀਵਨ ਨੂੰ ਗੁਰੂ ਮਤ ਅਨੁਸਾਰ ਜਿਉਂਦਿਆਂ ਹੋਇਆਂ ਇਸ ਦਿਨ ਨੂੰ ਸਫਲਾ ਬਣਾ ਸਕੀਏ ਜੀ ਕੋਟਾਨ ਕੋਟ ਧੰਨਵਾਦ ਸਤਿਗੁਰੂ ਜੀ ਦਾ ਆਪ ਸਾਰੀਆਂ ਸੰਗਤਾਂ ਦੇ ਪਿਆਰ ਸਤਿਕਾਰ ਦਾ ਬਹੁਤ ਬਹੁਤ ਧੰਨਵਾਦ ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ ਕਿ ਭਾਵੇਂ ਕੰਮ ਕਾਰ ਵਾਲਾ ਦਿਨ ਹੈ ਇਹ ਤਿੰਨੋ ਦਿਨ ਪਰ ਜਿਨ੍ਹਾਂ ਦੇ ਅੰਦਰ ਗੁਰੂ ਦੇ ਸ਼ਬਦ ਦਾ ਪਿਆਰ ਹੈ ਕੀਰਤਨ ਦੀ ਭੁੱਖ ਹੈ ਪਿਆਸ ਹੈ ਉਹ ਆਪਣੇ ਲੱਖਾਂ ਕੰਮ ਛੱਡ ਕੇ ਵੀ ਗੁਰੂ ਚਰਨਾਂ 'ਚ ਆ ਬਿਰਾਜਦੇ ਹਨ ਇਹ ਭਾਗਾਂ ਵਾਲੀ ਗੱਲ ਹੈ ਗੁਰੂ ਪਿਆਰਿਓ ਜਿਨ੍ਹਾਂ 'ਤੇ ਸਤਿਗੁਰੂ ਦੀ ਬਖਸ਼ਿਸ਼ ਹੁੰਦੀ ਹੈ ਕਿਰਪਾ ਹੁੰਦੀ ਹੈ ਕਿਉਂਕਿ ਕੰਮ ਕਾਰ ਤਾਂ ਆਪਾਂ ਰੋਜ਼ ਕਰਨੇ ਹਨ ਪਰ ਲੇਖੇ ਵਿੱਚ ਜਿਹੜਾ ਕੰਮ ਲੱਗਣਾ ਹੈ ਜਿਹੜਾ ਸਮਾਂ ਲੱਗਣਾ ਹੈ ਜਿਹੜੀਆਂ ਘੜੀਆਂ ਲੱਗਣੀਆਂ ਹਨ ਉਹੀ ਹਨ ਜਿਹੜੀਆਂ ਉਸ ਮਾਲਿਕ ਦੀ ਵਡਿਆਈ ਕਰਦੀਆਂ ਗੁਜ਼ਰਨੀਆਂ ਹਨ ਜੀਵਨ ਦੇ ਸਵਾਸ ਉਹੀ ਸਫਲੇ ਹੋਣੇ ਹਨ ਜਿਹੜੇ ਉਸ ਵਾਹਿਗੁਰੂ ਦਾ ਸਿਮਰਨ ਕਰਦਿਆਂ ਗੁਜ਼ਰਨੇ ਹਨ ਇਸ ਲਈ ਤੁਹਾਡਾ ਸਮਾਂ ਵੀ ਸਫਲ ਹੋ ਰਿਹਾ ਹੈ ਘੜੀਆਂ ਵੀ ਸਫਲ ਹੋ ਰਹੀਆਂ ਹਨ ਜ਼ਿੰਦਗੀ ਦੇ ਸਵਾਸ ਵੀ ਸਫਲ ਹੋ ਰਹੇ ਹਨ ਗੁਰੂ ਰਾਮਦਾਸ ਪਾਤਸ਼ਾਹ ਕਿਰਪਾ ਕਰਨ ਐਸੀ ਸਤਸੰਗਤ ਦੀ ਦਾਤ ਹਮੇਸ਼ਾ ਆਪ ਸੰਗਤਾਂ ਦੀ ਝੋਲੀ 'ਚ ਪਾ ਕੇ ਰੱਖਣ ਤਾਂ ਜੋ ਗੁਰੂ ਚਰਨਾਂ ਨਾਲ ਜੁੜ ਕੇ ਆਪਣੇ ਜੀਵਨ ਨੂੰ ਆਪ ਜੀ ਹਮੇਸ਼ਾ ਹੀ ਸਫਲ ਬਣਾਉਣ ਦਾ ਯਤਨ ਕਰਦੇ ਰਹੋ ਜੀ ਆਪ ਸਾਰੀਆਂ ਸੰਗਤਾਂ ਦੇ ਪਿਆਰ ਸਤਿਕਾਰ ਦਾ ਬਹੁਤ ਬਹੁਤ ਧੰਨਵਾਦ ਤੁਹਾਡੀ ਕੀਰਤਨ ਪ੍ਰਤੀ ਰੁਚੀ ਤੁਹਾਡੀ ਕੀਰਤਨ ਪ੍ਰਤੀ ਭੁੱਖ ਪਿਆਸ ਸ਼ਰਧਾ ਅਤੇ ਪਿਆਰ ਦੇਖ ਕੇ ਲੱਗਦਾ ਹੈ ਕਿ ਤੁਹਾਨੂੰ ਅਜੇ ਕੀਰਤਨ ਦੀ ਹੋਰ ਬੜੀ ਜ਼ਰੂਰਤ ਹੈ ਅਤੇ ਮੈਂ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਰਦਾ ਹਾਂ ਕਿ ਸਾਡੀਆਂ ਸੰਸਾਰਿਕ ਦੁਨਿਆਵੀ ਭੁੱਖਾਂ ਪਿਆਸਾਂ ਭਾਵੇਂ ਖਤਮ ਹੋ ਜਾਣ ਪਰ ਜ਼ਿੰਦਗੀ ਦੀ ਇਹ ਜਿਹੜੀ ਕੀਰਤਨ ਦੀ ਭੁੱਖ ਅਤੇ ਪਿਆਸ ਹੈ ਨਾ ਇਹ ਨਾ ਕਦੀ ਕੱਢੇ ਅਤੇ ਨਾ ਕਦੀ ਮਿਟੇ ਕਿਉਂਕਿ ਇਹੀ ਭੁੱਖ ਹੈ ਜਿਹੜੀ ਕੰਮ ਆਉਣੀ ਹੈ ਗੁਰੂ ਪਿਆਰਿਓ ਜੀਵਨ ਦਾ ਜੋ ਖਾਧਾ ਹੋਇਆ ਭੋਜਨ ਹੈ ਉਹ ਤਾਂ ਸਾਡੇ ਸਰੀਰ ਨੂੰ ਲੱਗਣਾ ਹੈ ਪਰ ਆਤਮਾ ਦੀ ਜਿਹੜੀ ਖੁਰਾਕ ਹੈ ਨਾ ਸਾਡਾ ਜੀਵਨ ਉਸਨੇ ਸਫਲ ਕਰਨਾ ਹੈ ਇਹ ਆਤਮਾ ਦੀ ਖੁਰਾਕ ਜੋ ਅੱਜ ਤੁਸੀਂ ਇੱਥੇ ਪ੍ਰਾਪਤ ਕਰ ਰਹੇ ਹੋ ਸੋ ਗੁਰੂ ਬਖਸ਼ਿਸ਼ ਕਰੇ ਕਿਰਪਾ ਕਰੇ ਤੁਹਾਡੇ ਸਾਰਿਆਂ 'ਤੇ ਆਪਣਾ ਮਿਹਰ ਭਰੇ ਹੱਥ ਰੱਖਣ ਆਪਣੇ ਦਰੋ ਗਰੋ ਨਾਮ ਦੀਆਂ ਦਾਤਾਂ ਗੁਰਸਿੱਖੀ ਜੀਵਨ ਦੀ ਦਾਤ ਬਖਸ਼ਿਸ਼ ਕਰਨ ਜੀ ਮੇਰੇ ਵੀਰ ਗਿਆਨੀ ਭੁਪਿੰਦਰ ਸਿੰਘ ਜੀ ਜਿਨ੍ਹਾਂ ਨੇ ਹੁਕਮ ਕੀਤਾ ਸੀ ਕਿ ਭਾਈ ਸਾਹਿਬ ਜ਼ਰੂਰ ਜਾਣ ਤੋਂ ਪਹਿਲਾਂ ਇਸ ਸਥਾਨ 'ਤੇ ਹਾਜ਼ਰੀ ਲਵਾ ਕੇ ਜਾਣੀ ਹੈ ਮੈਂ ਬੇਨਤੀ ਕੀਤੀ ਸੀ ਕਿ ਮਹੀਨੇ ਕੁ ਦਾ ਟੂਰ ਹੈ ਸਾਰੇ ਅਮਰੀਕਾ ਦਾ ਉਹ ਤਕਰੀਬਨ ਸਾਰੇ ਪ੍ਰੋਗਰਾਮ ਬੁੱਕ ਹਨ ਜਿੱਥੇ ਜਿੱਥੇ ਵੀ ਜਾਣਾ ਹੈ ਜਾਂ ਜਿੱਥੇ ਜਿੱਥੇ ਵੀ ਉਹ ਪ੍ਰੋਗਰਾਮ ਹੋਏ ਹਨ ਜਿਵੇਂ ਇਹਨਾਂ ਨੇ ਆਰੰਭ 'ਚ ਦੱਸਿਆ ਕਿ ਧੰਨ ਗੁਰੂ ਨਾਨਕ ਸੇਵਕ ਜਥਾ ਨਿਊ ਜਰਸੀ ਦੇ ਸਾਰੇ ਵੀਰ ਰਲ ਮਿਲ ਕੇ ਇਹ ਬੜਾ ਸੁੰਦਰ ਉਪਰਾਲਾ ਕਰਦੇ ਹਨ ਹਰ ਸਾਲ ਕਿਉਂਕਿ ਪਹਿਲਾਂ ਵੀ ਕਈ ਵਾਰ ਉਸ ਸਮਾਗਮ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ ਨਿਊ ਜਰਸੀ ਦੇ ਸਾਰੇ ਗੁਰਦੁਆਰਾ ਸਾਹਿਬ ਵਿਖੇ ਸਮਾਗਮ ਰੱਖੇ ਜਾਂਦੇ ਹਨ ਇਸ ਖਾਲਸੇ ਦੇ ਸਾਜਨਾ ਦਿਵਸ ਨੂੰ ਸਮਰਪਿਤ ਇਸ ਵਾਰ ਵੀ ਉਹਨਾਂ ਨੇ ਬੜੇ ਸੁੰਦਰ ਪ੍ਰੋਗਰਾਮ ਬਣਾਏ ਸਨ ਅਤੇ ਵੀਰ ਭੁਪਿੰਦਰ ਸਿੰਘ ਜੀ ਨੇ ਹੁਕਮ ਕੀਤਾ ਕਿਉਂਕਿ ਇਹਨਾਂ ਦੇ ਨਾਲ ਮੇਰਾ ਬਹੁਤ ਪੁਰਾਣਾ ਪਿਆਰ ਹੈ ਤਕਰੀਬਨ ਪਿਛਲੇ 25-30 ਸਾਲ ਤੋਂ ਉਸ ਪਿਆਰ ਨੂੰ ਮੁੱਖ ਰੱਖਦਿਆਂ ਹੋਇਆਂ ਇਹਨਾਂ ਨੇ ਹੁਕਮ ਵੀ ਕੀਤਾ ਅਤੇ ਸੰਗਤ ਵੱਲੋਂ ਬੇਨਤੀ ਵੀ ਕੀਤੀ ਕਿ ਜ਼ਰੂਰ ਦਿਨ ਕੋਈ ਵੀ ਸਾਨੂੰ ਦੇ ਦਿਓ ਪਰ ਹਾਜ਼ਰੀ ਜ਼ਰੂਰ ਇੱਥੇ ਲਵਾਉਣੀ ਹੈ
सो गुरु बख्शिश करे, कृपा करे, जिन्हें भी इतने सेवादार वीर हैं, प्रबंधक सहबान हैं, वीर भुपिंदर सिंह जी, उन्होंने सारे सहयोगी, गुरु बख्शिश करे सारे दे सिर ते अपना मेर बरियात रखन, चढ़ती कला दे नाल इन्हां स्थानां दी सेवा करन दा इन्हां नूं बल बख्शिश करें जी। बहुत सारे अज गुरु घर के प्रबंधक साहबान भी आए हैं, गुरु बख्शिश करे साडे सत्कारयोग वीर सिक्का साहब वो भी पहुँचे हैं, गुलाटी साहब अते होर प्रबंधक वीर दूरों नेड़े चल के संगत आईयां हैं, सारे दे प्यार सत्कार का बहुत बहुत धन्यवाद जी। इस स्थान पर कीर्तन की सेवा निभा रहे जिन्होंने परसों तो ही कीर्तन आरंभ किया है, भाई साहब त्रिलोक सिंह जी पौंडा साहब वाले, बड़ा प्यारा जत्था है, मैं तीन दिन तो इन्हों को शब्द सुन रहा, बड़ा सुंदर कीर्तन करते हैं, उन्होंने लगातार एक महीना इतने कीर्तन की सेवा करनी है, आप जी ने इस तरह उन्होंने प्यार बख्शिश करना है जी, उन्होंने भी अजय एक शब्द की हाजिरी भरनी है, सो आप जी ने उन्होंने भी आशीर्वाद बख्शिश करके जानी, उन्होंने उस तो बाद आनंद साहब जी का भी गायन करना है। सो जिन्हें जिन्हें भी चैनल आए या मोबाइल राही इस सारे तीन दिन के समागम लाइव किया है, दूर बैठिया संगतान ने भी कीर्तन सुनना कराया है, आप सारे दे प्यार सत्कार का बहुत बहुत धन्यवाद, क्योंकि ये भी सानू सतगुरु ने एक माध्यम बख्शिश किया है, साधन बख्शिश किया है कि जेडे इतने नहीं आ सकते, प्रचार का एक बड़ा वड्डा साधन है गुरु नाल जुड़न का, कि दूर बैठे जिन्हें मजबूरी है जां घर विखे हैं वो कीर्तन सुन सकते हैं, अपने घर विखे बैठ के भावें कार विच बैठ के सुन, काम कार करदियां इस कीर्तन को सुन, उन्होंने भी हाजिरी लग जाती है। सो इन्हां सारयां दे प्यार सत्कार का बहुत बहुत धन्यवाद जी। गुरु बख्शिश करे फिर कदे जीवन आप जी की सेवा लई खुला समा बख्शिश होया, तो कोशिश करांगे होर वध वध समा लैके दास आप जी की सेवा लई हाजिर हो सकन जी, क्योंकि कल वर्जीनिया है जाना, परसों उत्थे एक समागम है दिने बहुत जरूरी, उस तो बाद उतों ही अगे परसों कैलीफोर्निया जाना है, उत्थे भी 15वें दिन का प्रोग्राम है, अलग अलग गुरुद्वारा साहब विखे प्रोग्राम बने हुए हैं, उतों फिर वापस इंडिया जाना है। गुरु बख्शिश करे आप सारे दे प्यार सत्कार का बहुत बहुत धन्यवाद। भुलां दी खिमा बख्शिश करनी जी, असीस दे गुरु की बख्शिश गुरु फतेह प्रवान करनी जी। वाहेगुरु जी का खालसा फतेह। ये सन अजूरी रागी रविंदर सिंह जी के साथी।